ਹੈਲੋ ਜੀ, ਵੈਲਕਮ ਟੂ ਦਾ ਸੁਖੀਜਾ ਟਿਊਸ਼ਨ। ਮੈਂ ਸੁਖੀਜਾ ਟਿਊਸ਼ਨ ਦੇ ਪਲੇਟਫਾਰਮ 'ਤੇ ਤੁਹਾਡੀ ਸਾਰਿਆਂ ਦਾ ਜੀ ਸਵਾਗਤ ਕਰਦੀ ਹਾਂ ਜੀ। ਹਾਂਜੀ, ਜਿੱਦਾਂ ਕਿ ਤੁਸੀਂ ਜਾਣਦੇ ਹੋ, ਆਪਾਂ ਇੱਕ ਇੱਕ ਕਰਕੇ ਸਾਰੇ ਸਾਈਕਲੋਜਿਸਟ ਪੜ੍ਹੀ ਜਾਂਦੇ ਹਾਂ, ਹੈ ਨਾ ਜੀ। ਆਪਾਂ ਸ਼ੁਰੂਆਤ ਕੀਤੀ ਸੀ ਜੀ ਲੇਹ ਵਾਇਗੋਸਕੀ ਤੋਂ। ਲੇਹ ਵਾਇਗੋਸਕੀ ਦੇ ਬਾਅਦ ਪਿਆਜੇ, ਸਕਿਨਰ, ਪੈਵਲਵ, ਹੈ ਨਾ ਜੀ। ਇੱਦਾਂ ਆਪਾਂ ਇੱਕ ਇੱਕ ਕਰਕੇ ਸਾਰੇ ਟੋਪਿਕ ਕਰ ਰਹੇ ਹਾਂ, ਹੈ ਨਾ ਜੀ। ਵੀ ਆਪਾਂ ਇੰਨੀ ਆਮ ਲੱਗੀ, ਆਪਾਂ ਕਹਿ ਸਕਦੇ ਆਪਾਂ ਬੇਸ ਬਣਾਓ, ਇਹ ਵੀਡੀਓ ਤੁਹਾਡਾ ਬੇਸ ਬਣਾਉਣ ਦਾ ਕੰਮ ਕਰੇਗੀ, ਹੈ ਨਾ ਜੀ। ਔਰ ਆਪਾਂ ਇਹਦੇ ਤੋਂ ਵੀ ਡਿਟੇਲ 'ਚ ਅੱਗੇ ਐਵੇਂ ਆਪਣੀ ਕਲਾਸਿਸ ਕੰਟੀਨਿਊ ਰੱਖ ਕੇ ਪੜ੍ਹਦੇ ਰਹਾਂਗੇ ਜੀ, ਠੀਕ ਹੈ ਜੀ। ਹਾਂਜੀ, ਹੁਣ ਦੇਖੋ ਜੀ, ਮੈਂ ਤੁਹਾਨੂੰ ਪੜ੍ਹਾਇਆ ਸੀ ਜੀ ਪਿਆਜੇ। ਜਿੱਦਾਂ ਕਿ ਤੁਸੀਂ ਜਾਣਦੇ ਹੋ, ਪਿਆਜੇ ਨੇ ਕਿਹਦੇ 'ਤੇ ਕੰਮ ਕੀਤਾ ਜੀ? ਕੋਗਨੇਟਿਵ ਡਿਵੈਲਪਮੈਂਟ 'ਤੇ, ਹੈ ਨਾ ਜੀ। ਉਹਨਾਂ ਨੇ ਕੀ ਕਿਹਾ ਸੀ ਵੀ ਬੱਚੇ ਦਾ, ਲਰਨਰ ਦਾ, ਅਗਰ ਤੁਸੀਂ ਮਤਲਬ ਡਿਵੈਲਪਮੈਂਟ ਕਰਨਾ, ਕੋਗਨੇਟਿਵ ਡਿਵੈਲਪਮੈਂਟ ਨਹੀਂ, ਸੰਗਿਆਨਾਤਮਕ ਬੋਧੀ, ਖੋਪੜੀ, ਇਹ ਡੱਕਰ ਨਹੀਂ ਹੈ, ਇਹ ਖੋਲਣਾ, ਤੋ ਕੈਸੇ ਕਰ ਸਕਤੇ ਹੋ, ਬੱਚਾ ਕੈਸੇ ਸਿੱਖੇਗਾ, ਹੈ ਨਾ ਜੀ। ਉਹਨਾਂ ਨੇ ਕੀ ਕੀਤਾ ਸੀ ਜੀ, ਲਰਨਰ ਦੀ ਉਹਨਾਂ ਨੇ ਨਾ ਏਜ ਨੂੰ ਮੇਨ ਮੰਨ ਲਿਆ। ਕਿਹਨੂੰ ਮੰਨ ਲਿਆ ਜੀ? ਲਰਨਰ ਦੀ ਏਜ ਨੂੰ ਉਹਨਾਂ ਨੇ 4 'ਚ ਡਿਵਾਈਡ ਨਹੀਂ ਕੀਤੀ ਸੀ, 0 ਤੋਂ 2, 2 ਤੋਂ 7, 7 ਤੋਂ 11, ਹੈ ਨਾ ਜੀ, ਅਬਵ। ਉਸੇ ਤਰ੍ਹਾਂ ਜੀ, ਉਸੇ ਅਗਰ ਮੰਨ ਆਪਾਂ ਅਗਰ ਕੋਈ ਕਹੇ ਨਾ ਤੁਹਾਨੂੰ ਵੀ ਪਿਆਜੇ ਦਾ ਅਲਟਰ ਕਿਹੜਾ, ਵੀ ਪਿਆਜੇ ਦੀ ਥਾਂ ਮਤਲਬ ਕਿ ਅਗਰ ਵਿਕਲਪ ਚੁਣਨਾ ਹੋਵੇ ਤਾਂ ਕਿਹੜਾ ਜੀ? ਜੇਰੋਮ ਬਰੁਨਰ ਹੈ ਜੀ, ਠੀਕ ਹੈ ਜੀ। ਇੱਕ ਤੁਹਾਨੂੰ ਮੈਂ ਯਾਦ ਹੋਵੇ, ਜਦੋਂ ਮੈਂ ਲੇਹ ਵਾਇਗੋਸਕੀ ਕਰਵਾਈ ਸੀ, ਉਹਦੇ ਵਿੱਚ ਆਪਾਂ ਪੜ੍ਹਿਆ ਸੀ ਸਕੈਫੋਲਡਿੰਗ, ਹੈ ਨਾ ਜੀ, ਮਚਾਨ, ਢਾਂਚਾ, ਪਿੱਲਰ, ਸਹਾਰਾ ਦੇਣਾ। ਹਾਂਜੀ, ਤੋ ਜੀ ਸਕੈਫੋਲਡਿੰਗ ਦਾ ਸਭ ਤੋਂ ਪਹਿਲੇ ਯੂਜ਼ ਕਿਸਨੇ ਕੀਤਾ ਥਾ ਜੀ, ਤੁਸੀਂ ਦੱਸੋ ਮੈਨੂੰ। ਇਹ ਕੀਤਾ ਸੀ ਜੀ ਜੇਰੋਮ ਬਰੁਨਰ ਨੇ। ਕਿਹਨੇ ਕੀਤਾ ਸੀ? ਜੇਰੋਮ ਬਰੁਨਰ ਨੇ। ਬਟ ਸਕੈਫੋਲਡਿੰਗ ਜਿਹੜੀ ਪ੍ਰਸਿੱਧ ਹੋਈ, ਮੇਨ ਉਹਨੂੰ ਸਥਾਨ ਦਿੱਤਾ, ਉਹ ਕਿਹਨੇ ਦਿੱਤਾ ਸੀ? ਲੇਹ ਵਾਇਗੋਸਕੀ ਨੇ, ਠੀਕ ਹੈ ਜੀ। ਹਾਂਜੀ, ਆਪਾਂ ਇਸੇ ਕੜੀ ਨੂੰ ਅੱਗੇ ਵਧਾਉਂਦੇ ਹੋਏ ਆਪਾਂ ਇਹ ਕਲਾਸ ਇੰਜੋਏ ਕਰਦੇ ਹਾਂ ਜੀ, ਠੀਕ ਹੈ ਜੀ। ਔਰ ਹਾਂਜੀ, ਦੇਖੋ ਜੀ, ਅੱਜ ਆਪਾਂ ਪੜ੍ਹਾਂਗੇ ਜੀ ਜੇਰੋਮ ਬਰੁਨਰ ਸਰ ਬਾਰੇ। ਹਾਂ, ਜੇਰੋਮ ਬਰੁਨਰ ਸਰ ਹੈ ਜੀ, ਠੀਕ ਹੈ, ਇਹਨਾਂ ਬਾਰੇ ਆਪਾਂ ਪੜ੍ਹਦੇ ਜੀ। ਇਹ ਨਾ ਮੇਰੀ ਕੁਛ ਵੀ ਇਸ ਥਿਊਰੀ 'ਚ ਕੁਛ ਵੀ ਨਇਆ ਨਹੀਂ ਹੈ, ਬਸ ਤੁਸੀਂ ਸਮਝ ਲਓ। ਅਗਰ ਤੁਸੀਂ ਪਿਆਜੀ ਪੜ੍ਹ ਲਿਆ ਤਾਂ ਤੁਹਾਨੂੰ ਕਾਫੀ ਹੱਦ ਤੱਕ ਇਹ ਜਿਹੜੀ ਥਿਊਰੀ ਹੈ ਨਾ ਸਮਝ ਆ ਜਾਏਗੀ, ਠੀਕ ਹੈ ਜੀ। ਬਿਲਕੁਲ ਆਸਾਨ ਹੈ, ਕੁਛ ਨਹੀਂ ਹੈ। ਇਹਨਾਂ ਨੇ ਵੀ ਦੱਸਿਆ ਵੀ ਲਰਨਰ ਕਿਵੇਂ ਸਿੱਖ ਸਕਦਾ, ਹੁਣ ਲਰਨਰ ਕਿਵੇਂ ਸਿੱਖ ਸਕਦਾ, ਠੀਕ ਹੈ ਜੀ। ਆ ਬੱਚੇ, ਠੀਕ ਹੈ ਜੀ। ਹੁਣ ਇਹਨਾਂ ਦੀ ਥਿਊਰੀ, ਇਹਨਾਂ ਨੇ ਕਿਹਾ ਇੱਕ ਬੱਚਾ ਆਪਦੇ ਗਿਆਨ ਜੋ ਨੌਲੇਜ ਹੈ ਉਹਦਾ ਨਿਰਮਾਣ ਕਿਵੇਂ ਕਰਦਾ, ਵੀ ਨਿਰਮਾਣ ਮਤਲਬ ਉਹਦਾ ਨਿਰਮਾਣ ਕਿਵੇਂ ਕਰਦਾ, ਉਹਨੂੰ ਕਿਵੇਂ ਬਣਾਉਂਦਾ, ਕੰਸਟਰਕਟ ਕਿਵੇਂ ਕਰਦਾ, ਠੀਕ ਹੈ ਜੀ। ਜਿਵੇਂ ਤੁਸੀਂ ਲੈ ਸਕਦੇ ਹੋ, ਮਿਸਤਰੀ ਲੈ ਸਕਦੇ ਹੋ, ਮਕਾਨ ਕਿਵੇਂ ਬਣਾਉਂਦਾ, ਹੈ ਨਾ ਜੀ, ਆਪਣੇ ਦਿਮਾਗ ਨਾਲ ਵੀ ਬਣਾਉਂਦਾ ਉਹ ਚੀਜ਼ ਹੈ ਜੀ। ਇੰਨੇ ਪਹਿਲਾਂ ਸਮਾਨ ਲਿਖਵਾਉਂਦਾ ਵੀ ਇੰਨੇ ਤੁਸੀਂ ਬ੍ਰਿਕਸ ਦਾ ਇੰਤਜ਼ਾਮ ਕਰ ਲਓ, ਇੰਨੀ ਸੀਮੈਂਟ, ਹੈ ਨਾ ਜੀ, ਇੰਨੇ ਬੈਗ ਸੀਮੈਂਟ ਦੇ ਲੱਗਣਗੇ, ਫਿਰ ਉਹਦੇ ਕੋਲ ਪੈਮਾਨਾ ਜਿਹਾ ਹੁੰਦਾ। ਉਸੇ ਤਰ੍ਹਾਂ ਇਹਨਾਂ ਨੇ ਬਰੁਨਰ ਸਾਹਮਣੇ, ਕਿਹੜੇ ਜੀ? ਜੇਰੋਮ ਬਰੁਨਰ, ਇਹਨਾਂ ਨੇ ਕੰਮ ਕਰਤਾ ਜੀ ਕੋਗਨੇਟਿਵ ਡਿਵੈਲਪਮੈਂਟ ਦੇ। ਇਹ ਕਹਿੰਦੇ ਬੱਚੇ ਦਾ ਦਿਮਾਗ ਕਿਵੇਂ ਵਿਕਸਿਤ ਹੁੰਦਾ, ਬੱਚੇ ਦਾ ਦਿਮਾਗ ਕਿਵੇਂ ਵਿਕਸਿਤ ਹੁੰਦਾ ਅਤੇ ਬੱਚੇ ਨੂੰ ਆਪਾਂ ਕਿੱਦਾਂ ਸਿਖਾ ਸਕਦੇ ਹਾਂ। ਇਹ ਕਹਿੰਦਾ ਬੱਚਾ ਕਿਵੇਂ ਨਿਰਮਾਣ ਕਰਦਾ, ਆਪਣੇ ਗਿਆਨ ਨਾਲ ਡਿਸਕਵਰੀ ਕਰਦਾ, ਖੋਜ ਕਰਦਾ, ਉਹ ਚੀਜ਼ ਹੈ ਜੀ, ਠੀਕ ਹੈ। ਹੁਣ ਜੇਰੋਮ ਬਰੁਨਰ ਸਾਹਿਬ ਕਿੱਥੋਂ ਦੇ ਜੀ? ਅਮਰੀਕਾ ਦੇ। ਕਿੱਥੋਂ ਦੇ ਜੀ? ਅਮਰੀਕਾ ਦੇ ਹੈ, ਠੀਕ ਹੈ, ਓਕੇ ਜੀ। ਹੁਣ ਦੇਖੋ ਤੁਸੀਂ, ਜੇਰੋਮ ਬਰੁਨਰ ਕੰਸਟਰਕਟਿਵਿਸਟ ਥਿਊਰੀ, ਕੰਸਟਰਕਟਿਵਿਸਟ ਥਿਊਰੀ ਮਤਲਬ ਕਿ ਇਹ ਵਿਵਹਾਰਵਾਦ ਦੇ ਹੈਗੀ ਜੀ, ਇਹ ਰਚਨਾਵਾਦ ਵੀ ਹੈ। ਕਿਹੜੇ ਜੀ? ਪੇਪਰ 'ਚ ਪੁੱਛ ਲਓ, ਰਚਨਾਵਾਦ ਦੇ ਕਿਹੜੇ ਹੈ? ਜੇਰੋਮ ਬਰੁਨਰ ਹੈ ਜੀ। ਇਹ ਵਿਵਹਾਰਵਾਦ 'ਤੇ ਕੰਮ ਨਹੀਂ ਕਰਦੇ ਵੀ ਬਿਹੇਵੀਅਰ ਕਿਵੇਂ ਚੇਂਜ ਕਰ ਸਕਦੇ, ਨੋ, ਇਹ ਰਚਨਾਵਾਦ, ਇਹ ਕਹਿੰਦੇ ਬੱਚੇ ਨੂੰ ਸਿਖਾਉਣਾ ਹੈ ਉਹਦੇ 'ਚ ਗਿਆਨ ਆਪਾਂ ਪਾਉਣਾ ਹੈ, ਕਿਵੇਂ ਵੀ ਬੱਚਾ ਸਿੱਖੇਗਾ, ਠੀਕ ਹੈ ਜੀ। ਉਹ ਦੇਖੋ, ਉਹ ਜਿਹੜੇ ਪਿਆਜੇ ਸੀ ਨਾ, ਜੀਨ ਪਿਆਜੇ,
ਹਾਂਜੀ ਜੀ ਪਿਆਜ਼ ਨੇ ਕੰਮ ਕੀਤਾ ਸੀ 4 ਸਟੇਜਸ ਤੇ ਬਟ ਇਹਨਾਂ ਦੀ ਸਟੇਜਸ ਹੈ ਨਹੀਂ ਤਾਂ ਤੁਸੀਂ ਧਿਆਨ ਰੱਖਿਓ ਪੇਪਰ ਦੇ ਵਿੱਚ ਸਟੇਜਸ ਹੈ ਨਹੀਂ ਇਹਨਾਂ ਦੇ ਮੋਡ ਹੈ ਇਹਨਾਂ ਦੇ ਮੋਡਸ ਹੈ 3 ਮੋਡਸ ਇਹ ਕਹਿੰਦੇ ਕੋਈ ਵੀ ਬੱਚਾ ਅਗਰ ਸਿੱਖੇਗਾ ਆਪਣਾ ਗਿਆਨ ਦਾ ਨਿਰਮਾਣ ਕਰੇਗਾ ਤਾਂ 3 ਸਟੇਜਸ ਬਹੁਤ ਇੰਪੋਰਟੈਂਟ ਰੋਲ ਅਦਾ ਕਰਨਗੀਆਂ ਠੀਕ ਹੈ ਜੀ ਸਮਝ ਆ ਗਈ ਜੀ ਤੁਹਾਨੂੰ ਹਾਂਜੀ ਹੁਣ ਦੇਖੋ ਜੇਰੋਮ ਗਰੂਨਰ ਕੰਸਟਰਵਿਸਟ ਥਿਊਰੀ ਲਰਨਿੰਗ ਇਜ ਏ ਐਕਟਿਵ ਪ੍ਰੋਸੈਸ ਇਹ ਕਹਿੰਦੇ ਬੱਚਾ ਸਿੱਖਦਾ ਨਾ ਕਿਵੇਂ ਸਿੱਖਦਾ ਐਕਟਿਵ ਹੋ ਕੇ ਸੁਣੇ ਮਤਲਬ ਕਿ ਸਿੱਖੇਗਾ ਇੱਦਾਂ ਨਹੀਂ ਵੀ ਬੱਚੇ ਨੂੰ ਤੁਸੀਂ ਚੁੱਪ ਚਾਪ ਬਿਠਾਏ ਰੱਖੋ ਜੀ ਅੱਜ ਤੋਂ 2005 ਤੋਂ ਪਹਿਲਾਂ ਸਟੱਡੀ ਇੱਦਾਂ ਦੀ ਹੁੰਦੀ ਸੀ ਬੱਚੇ ਜਾਂਦੇ ਸੀ ਬਸ ਟੀਚਰ ਸਟਿਕ ਲੈ ਕੇ ਉਹਨਾਂ ਨੂੰ ਡਰਾਉਂਦੇ ਰਹਿੰਦੇ ਸੀ ਹੈ ਨਾ ਬਸ ਕੁਛ ਨਹੀਂ ਕਰਨਾ ਮੂੰਹ ਤੇ ਬੋਲ ਰੱਖ ਲਓ ਉਹ ਜੋ ਟੀਚਰ ਹੁੰਦੇ ਸੀ ਉਹ ਵੀ ਆਪਦੀ ਬੋਲਣਾ ਇੱਕ ਅੱਧਾ ਸ਼ੋਲ ਜਾਂ ਸਟੋਲ ਤਿਆਰ ਕਰ ਦਿੰਦੇ ਸੀ ਹੈ ਨਾ ਜੀ ਆਪਦੇ ਰਿਸ਼ਤੇਦਾਰਾਂ ਵਾਸਤੇ ਜਾਂ ਕੁਛ ਉੱਦਾਂ ਦੀ ਸਟੱਡੀ ਸੀ ਵੀ ਬੱਚਿਆਂ ਨੂੰ ਚੁੱਪ ਚਾਪ ਟੇਬਲ ਸੁਣਨੇ ਤਾਂ ਬੱਚਿਆਂ ਨੂੰ ਇੰਨਾ ਜ਼ੋਰ ਜ਼ਬਰਦਸਤੀ ਸਟਿਕ ਦੇ ਜ਼ੋਰ 'ਤੇ ਸਿਖਾਉਂਦੇ ਸੀ ਅਲਫਾਬੈਟ ਵੀ ਉੱਦਾਂ ਕੋਈ ਚਿੱਤਰ ਵਗੈਰਾ ਕੋਈ ਮੈਪ ਵਗੈਰਾ ਮੋਡਲਸ ਦਾ ਕੋਈ ਯੂਜ਼ ਨਹੀਂ ਕਰਦੇ ਸੀ ਬਟ ਇਹ ਕਹਿੰਦੇ ਬੱਚੇ ਨੂੰ ਆਪਾਂ ਮੋਡਲਸ ਦੁਆਰਾ ਆਈਕੋਨ ਦੁਆਰਾ ਸਿਖਾ ਸਕਦੇ ਆ ਤੁਸੀਂ ਮੈਪ ਦਾ ਲੈ ਸਕਦੇ ਹੋ ਪਿਕਚਰ ਦਾ ਸਾਰਾ ਵੀ ਲੈ ਸਕਦੇ ਹੋ ਠੀਕ ਹੈ ਜੀ ਅਤੇ ਬੱਚਾ ਕਿੱਦਾਂ ਸਿੱਖੇਗਾ ਬੱਚਾ ਐਕਟਿਵ ਹੋਣਾ ਚਾਹੀਦਾ ਇਹ ਕਹਿੰਦੇ ਆ ਵੀ ਬੱਚਾ ਸਿਖਾਉਣਾ ਇਹਨਾਂ ਨੂੰ ਲਰਨਿੰਗ ਬਾਏ ਡੂਇੰਗ ਬੱਚੇ ਕਰਕੇ ਸਿੱਖੇਗਾ ਵੀ ਕੋਈ ਵੀ ਕੰਮ ਦੇ ਵਿੱਚ ਇਨਵੋਲਵ ਹੋਣਾ ਹੁੰਦਾ ਜ਼ਰੂਰੀ ਹੈ ਟੀਚਰ ਇਨਵੋਲਵ ਹੋਏ ਨਾ ਹੋਏ ਬੱਚਾ ਜ਼ਰੂਰ ਇਨਵੋਲਵ ਹੋਣਾ ਚਾਹੀਦਾ ਠੀਕ ਹੈ ਜੀ ਇਹ ਚਾਈਲਡ ਸੈਂਟਰਡ ਅਪਰੋਚ ਹੈ ਕਿਹੜੇ ਅਪਰੋਚ ਨੂੰ ਪੜਾਵਾ ਦੇ ਰਿਹਾ ਚਾਈਲਡ ਸੈਂਟਰ ਚਾਈਲਡ ਸੈਂਟਰ ਅਪਰੋਚ ਠੀਕ ਹੈ ਬਾਲ ਕੇਂਦਰਿਤ ਵੀ ਬੱਚਿਆਂ ਦੇ ਕੇਂਦਰਿਤ ਹੈ ਬੱਚਾ ਐਕਟਿਵ ਹੋਣਾ ਜ਼ਰੂਰੀ ਹੈ ਇਹਦੇ ਵਿੱਚ ਤੁਸੀਂ ਐਵੇਂ ਜੀ ਹੁਣ ਰੱਟਾ ਸਿਸਟਮ ਦੁਆਰਾ ਸਿਖਾ ਦਿਓ ਮੈਨੂੰ ਠੀਕ ਹੈ ਜੀ ਪੜ੍ਹੀਏ ਜੀ ਹੁਣ ਇਹਨਾਂ ਦੇ ਮੋਡ ਕੀ ਚੀਜ਼ ਹੈ ਦੇਖੋ ਜੇਰੋਮ ਬਰੂਨਰ ਸਾਹਿਬ ਹੈ ਜੀ ਕਸਟਮਿਸਟ ਥਿਊਰੀ ਦੇ ਉੱਤੇ ਕੰਮ ਕੀਤਾ ਅਗਰ ਇਹਨਾਂ ਦਾ ਵਿਕਲਪ ਵੀ ਮੰਨੀਏ ਕਿਹਦਾ ਵਿਕਲਪ ਹੈ ਤੇ ਜੀਨ ਪਿਆਜ਼ੇ ਦਾ ਹੈ ਜੀ ਜੀਨ ਪਿਆਜ਼ੇ ਨੇ ਕਿੰਨੀ ਸਟੇਜ ਦਿੱਤੀ ਹੈ 4 ਸਟੇਜਿਸ ਦਿੱਤੀ ਹੈ ਹੁਣ ਤੁਸੀਂ ਕਹੋਗੇ ਮੈਮ ਜੀਨ ਪਿਆਜ਼ੇ ਕੌਣ ਸੀ ਦੇਖੋ ਜੀ ਤੁਸੀਂ ਪਿੱਛੇ ਆਪਣੀ ਮੈਂ ਵੀਡੀਓ ਬਣਾ ਰੱਖੀ ਹੈ ਜੀਨ ਪਿਆਜ਼ੇ ਦੇ ਤੁਸੀਂ ਚੈਨਲ ਤੇ ਪਈ ਹੋਣੀ ਤੁਸੀਂ ਜੀਨ ਪਿਆਜ਼ੇ ਸੁਖੀ ਜਾ ਟਿਊਸ਼ਨ ਮਾਈਕ ਦੇ ਵਿੱਚ ਬੋਲਦੇ ਨਾ ਜਾਂ ਟਾਈਪ ਕਰਦੇ ਨਾ ਤੁਹਾਡੇ ਅੱਗੇ ਵੀਡੀਓ ਆ ਜਾਏਗੀ ਠੀਕ ਹੈ ਜੀ ਔਰ ਤੁਹਾਡੀ ਕਾਫੀ ਹੱਦ ਤੱਕ ਸਮਝ ਆ ਜਾਏਗੀ ਠੀਕ ਹੈ ਜੀ ਅਗਰ ਪੁੱਛ ਲਏ ਡਿਸਕਵਰੀ ਥਿਊਰੀ ਤਾਂ ਇਹਨਾਂ ਦੀ ਹੈ ਜੀ ਅਮਰੀਕਾ ਦੇ ਸਾਈਕੋਲੋਜਿਸਟ ਹੈ ਜੀ ਬਿਲਕੁਲ ਆਸਾਨ ਹੈ ਹੁਣ ਦੇਖੋ ਜੀ ਇਹਨਾਂ ਨੇ ਕੰਮ ਕੀਤਾ ਵੀ ਬੱਚੇ ਦਾ ਕੋਗਨੀਟਿਵ ਡਿਵੈਲਪਮੈਂਟ ਕੀ ਹੁੰਦਾ ਹੁਣ ਬੱਚੇ ਦਾ ਦੇਖੋ ਜੀ ਕਿਸੇ ਵੀ ਕੋਈ ਵੀ ਇਨਸਾਨ ਅਗਰ ਦਿਮਾਗ ਵੀ ਵਿਕਸਿਤ ਕਰਨਾ ਹੈ ਮਨ ਵਿਕਸਿਤ ਕਰਨਾ ਦਿਮਾਗ ਵਿਕਸਿਤ ਕਰਨਾ ਤਾਂ ਉਹਨੂੰ ਕੀ ਕਰਨਾ ਪਏਗਾ ਥਿੰਕਿੰਗ ਕਰਨਾ ਪਏਗਾ ਉਹ ਸੋਚੇਗਾ ਕਦੋਂ ਬੰਦਾ ਕੁਛ ਕੋਈ ਵੀ ਲਰਨਰ ਹੈ ਕੁਛ ਨਇਆ ਸਿੱਖ ਰਿਹਾ ਕੋਈ ਵੀ ਇੱਥੇ ਕਿਵੇਂ ਸਿੱਖਦਾ ਜੀ ਆਪਦੇ ਐਕਸਪੀਰੀਅੰਸ ਥਰੂ ਟ੍ਰੇਨਿੰਗ ਥਰੂ ਜਿਹੜਾ ਬੱਚੇ ਨੂੰ ਆਪਾਂ ਟ੍ਰੇਨਿੰਗ ਦੇ ਸਕਦੇ ਹਾਂ ਜਾਂ ਟ੍ਰੇਨਿੰਗ ਦੇ ਵਿੱਚ ਉਹਨੂੰ ਕੀ ਮਿਲੇਗਾ ਐਕਸਪੀਰੀਅੰਸ ਹੈ ਨਾ ਜੀ ਪ੍ਰੀਵੀਅਸ ਨੌਲੇਜ ਤੋਂ ਜੇ ਗੇਨ ਕਰਦਾ ਰਹਿੰਦਾ ਨੌਲੇਜ ਜੀ ਉਹ ਚੀਜ਼ ਹੈ ਜੀ ਠੀਕ ਹੈ ਹੁਣ ਦੇਖੋ ਜੀ ਜੇਰੋਮ ਬਰੂਨਰ ਕੰਸਟਰਵਿਸਟ ਥਿਊਰੀ ਰਚਨਾਵਾਦੀ ਹੈ ਲਰਨਿੰਗ ਇਜ਼ ਏ ਐਕਟਿਵ ਪ੍ਰੋਸੈਸ ਲਰਨਰਸ ਕੀ ਕਰੇਗਾ ਜੀ ਖੁਦ ਰਚਨਾ ਦਾ ਨਿਰਮਾਣ ਕਰੇਗਾ ਐਕਟਿਵ ਰਹੇਗਾ ਇੱਥੇ ਕ੍ਰਿਆਸ਼ੀਲ ਹੈ ਕ੍ਰਿਆਸ਼ੀਲ ਹੈ ਐਵੇਂ ਨਹੀਂ ਆਪਾਂ ਸੁਣੋ ਬੱਟਾ ਜਾਂ ਬਣਾ ਕੇ ਬਿਠਾਤਾ ਨਹੀਂ ਐਕਟਿਵ ਰਹੇਗਾ ਬੱਚਾ ਓਕੇ ਜੀ ਹੁਣ ਦੇਖੋ ਜੀ ਇਨ ਐਕਟਿਵ ਮੋਡ ਤੁਸੀਂ ਅਨਐਕਟਿਵ ਮੋਡ ਇਹਦੇ ਕੀ ਹੈ ਜੀ ਐਕਟਿਵ ਕ੍ਰਿਆਸ਼ੀਲ ਐਕਸ਼ਨ ਕਰੇਗਾ ਇਹਦੇ ਵਿੱਚ ਏਜ ਦੇ ਵਿੱਚ ਬੱਚਾ ਕੀ ਕਰੇਗਾ ਐਕਸ਼ਨ ਹੁਣ ਤੁਸੀਂ 0 ਤੋਂ 3 ਸਾਲ ਵਾਲੇ ਬੱਚੇ ਲੈ ਸਕਦੇ ਹੋ ਇਹ ਛੋਟੇ ਬੱਚੇ ਹੁੰਦੇ ਜੀ ਇਹ ਕੀ ਕਰਦੇ ਆ ਰੋਂਦੇ ਆ ਖਾਂਦੇ ਆ ਪੀਂਦੇ ਆਪਦੇ ਜੋ ਕਿ ਮੋਟਰ ਸਕਿੱਲ ਦਾ ਬਹੁਤ ਯੂਜ਼ ਕਰਦੇ ਆ ਸਰੀਰ ਗਮਕ ਜਿਹਾ ਕਰਦੇ ਆ ਕੋਈ ਖਿਲੌਣੇ ਨੂੰ ਫੜਨਾ ਰੋਣਾ ਚਿਲਾਉਣਾ
ਵੀ ਆਪਦੀ ਵੀ ਥੋੜ੍ਹਾ ਥੋੜ੍ਹਾ ਵੀ ਥੋੜ੍ਹਾ ਥੋੜ੍ਹਾ ਵੀ ਸੰਸਕ੍ਰਿਤ ਨੂੰ ਦੇਖ ਕੇ ਸਿੱਖਣਾ, ਹੈ ਨਾ ਜੀ? ਉਹੀ ਚੀਜ਼ ਹੈ ਵੀ ਆਪਦੀ ਸ਼ਬਦ ਰਚਨਾ ਕਰਨ ਲੱਗ ਜਾਂਦੇ, ਉਹ ਚੀਜ਼ ਹੈ ਜੀ ਸੰਸਕ੍ਰਿਤ ਨਿਰਮਾਣ ਜੀ ਦੀ। ਵੀ ਰੋਣਾ ਰੋਣਾ ਕੋਈ ਚੀਜ਼ ਭਜਣਾ ਸਿੱਖਣਾ, ਹੈ ਨਾ ਜੀ? ਬੁੱਕ ਖੋਲ੍ਹਣਾ ਆਪਦੀ ਬੁੱਕ ਨਾਲ ਖੇਡਣਾ, ਹੈ ਨਾ? ਉਹਨਾਂ ਨੂੰ ਪਤਾ ਲੱਗ ਜਾਂਦਾ ਛੋਟੇ ਬੱਚੇ ਨੂੰ, ਇਹ ਮੇਰੀ ਬੁੱਕ ਹੈ, ਇਹ ਮੇਰੀ ਬੋਟਲ ਹੈ, ਮਿਲਕ ਬੋਟਲ ਹੈ, ਹੈ ਨਾ ਜੀ? ਔਰ ਉਹਨਾਂ ਦੀ ਇਹ ਇਹਨਾਂ ਦੀ ਪੈਪਸੀ ਹੈ, ਜੋ ਵੀ ਹੈ ਫਰੂਟੀ ਹੈ, ਬੱਚੇ ਨੂੰ ਵੀ ਪਤਾ ਹੁੰਦਾ ਮੇਰੀ ਚੋਕਲੇਟ ਹੈ ਨਾ ਜੀ, ਉਹ ਚੀਜ਼ ਹੈ ਡੇਰੀ ਮਿਲਕ ਜੋ ਵੀ ਹੈ, ਹੈ ਨਾ ਜੀ? ਬੱਚੇ ਨੂੰ ਪਤਾ ਹੁੰਦਾ ਨੈਗਟਿਵ ਮੋਡ ਸਕ੍ਰਿਤਾ। ਵੀ ਕਲਾਸ ਦੇ ਵਿੱਚ ਜੀਰੋ ਤੋਂ ਜਿਹੜੇ 3 ਈਅਰਸ ਵਾਲੇ ਬੱਚੇ ਨੇ, ਤਾਂ ਹੀ ਇਹਨਾਂ ਨੂੰ ਕਹਿੰਦੇ ਹਨ ਵੀ ਪ੍ਰੀ ਨਰਸਰੀ ਸਕੂਲ ਵਿੱਚ ਡਾਲ ਦਿਓ, ਕਿਉਂਕਿ ਉੱਥੇ ਕੀ ਹੈ ਜੀ, ਬੱਚਿਆਂ ਨੂੰ ਜਿਹੜੀ ਨੌਲੇਜ ਦਿੱਤੀ ਜਾਂਦੀ ਹੈ ਨਾ, ਕਿ ਉਹ ਐਵੇਂ ਨਹੀਂ ਵੀ ਬੁੱਕਸ ਦੇ ਵੀ ਓਨਲੀ ਤੋਂ ਰਟਾਈ ਜਾਂਦੇ ਨੇ, ਉਹਨਾਂ ਨੂੰ ਖੇਲ ਖੇਲ ਦੇ ਵਿੱਚ ਹੀ ਸਿਖਾ ਦਿੰਦੇ ਆ ਉਹਨਾਂ ਦੇ ਅੱਗੇ ਖਿਲਾਉਣੇ। ਹੁਣ ਇਡੈਕਟਿਵ ਮੋਡ ਵਿੱਚ ਕੀ ਹੈ ਜੀ, ਬੱਚਿਆਂ ਨੂੰ ਆਪਾਂ ਕੀ ਦੇ ਦਿੰਦੇ ਹਾਂ, ਚੁਆਇਸ ਦੇ ਦਿੰਦੇ ਹਾਂ। ਬੱਚੇ ਨੂੰ ਪਤਾ ਹੁੰਦਾ ਵੀ ਆਹ ਕਾਰ ਹੈ, ਹੈ ਨਾ ਜੀ? ਏ ਫੋਰ ਐਪਲ, ਇੱਦਾਂ ਦੇ ਬਣੇ ਹੁੰਦੇ ਆ ਨਾ, ਉਹ ਚੀਜ਼ ਹੈ। ਬੁੱਕਸ ਦੇਖੀਆਂ, ਉਹਨਾਂ ਨੂੰ ਪਤਾ ਸਾਡੀ ਬੁੱਕਸ ਹੈ, ਹਾਂ ਵੀ ਇਹ ਸਾਡੀਆਂ ਲੱਗਦੀਆਂ ਨਾ। ਬੱਚਾ ਬਹੁਤ ਕੁਛ ਸਿੱਖਦਾ ਅਗਰ ਉਹਨਾਂ ਦੀ ਬੁੱਕਸ ਲੈਣੀ, ਫਿਰ ਲਾਉਣਗੇ ਪੈਨਸਿਲ ਨਾਲ, ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ, ਪਰ ਫਿਰ ਉਹ ਚੀਜ਼ ਹੈ ਜੀ। ਸਮਝ ਗਈ, ਬੱਚਾ ਕੀ ਰਹੇਗਾ ਜੀ? ਐਕਟਿਵ ਰਹੇਗਾ, ਦੌੜਨਾ ਭੱਜਣਾ ਖੇਡਣਾ, ਆਪਦੀ ਬੋਟਲ ਨੂੰ ਦੇਖ ਕੇ ਰੋਣਾ, ਹੈ ਨਾ ਜੀ? ਆਪਦੀ ਕਰਕੇ ਇਸ਼ਾਰੇ ਸਮਝਾਉਣਾ, ਹੈ ਨਾ? ਇੱਕ ਅਦਕਸ਼ਣ, ਉਹ ਚੀਜ਼ ਹੈ ਜੀ। ਠੀਕ ਹੈ, ਇੱਥੇ ਐਕਸ਼ਨ ਕਰੇਗਾ ਛੋਟੇ ਛੋਟੇ, ਕੀ ਕਰੇਗਾ? ਐਕਸ਼ਨ ਕਰੇਗਾ 0 ਤੋਂ 3 ਇਅਰਸ। ਨਿਰਮਾਣ ਵਿਧੀ, ਰਚਨਾ ਆਪਦਾ ਫਸਟ ਸਟੈਪ ਹੈ। ਇਹ ਕਿਹਨੇ ਦਿੱਤਾ ਜੀ? ਜੇਰੂਮ ਗਰੂਨਰ ਨੇ। ਓਕੇ ਜੀ, ਸਟੇਜ ਹੈ ਨਹੀਂ, ਮੋਡ ਹੈ, ਮਾਧਿਅਮ। ਐਵੇਂ ਨਹੀਂ ਹੋਏਗਾ ਜੀ, ਮਤਲਬ ਇਹ ਤੋਂ ਅਗਰ 3 ਇਅਰਸ ਤੋਂ 8 ਇਅਰਸ ਜਦੋਂ ਹੋਏਗਾ ਵੀ ਉਦੋਂ ਇਹ ਵਾਲੀ ਸਟੇਜ ਖਤਮ ਹੋ ਜਾਏਗੀ। ਨਹੀਂ, ਬੱਚਾ ਇਹ ਨਾਲ ਨਾਲ ਚੱਲਦੀ ਹੈ, ਇਹ ਵਾਲੀ ਜੋ ਮੋਡ ਹੈ ਨਾਲ ਨਾਲ ਚੱਲਣੀ। ਹੁਣ ਦੇਖੋ ਜੀ ਸੈਕਿੰਡ, ਆਈਕੋਨਿਕ ਮੋਡ। ਆਈਕੋਨਿਕ ਮੋਡ ਕੀ ਹੈ ਜੀ? ਇਹਦੇ ਵਿੱਚ ਕੀ ਹੈ ਜੀ? ਆਈਕੋਨਿਕ ਮੋਡ ਦੇ ਵਿੱਚ ਇਮੇਜਿਸ ਦੇਖਣਾ। ਹੁਣ ਬੱਚੇ ਆਏ ਵਿੱਚ, ਜੋ ਬੱਚੇ ਹੈ ਉਹਨਾਂ ਕੋਲ ਬੁੱਕ ਹੈ, ਬੁੱਕ ਦੇ ਵਿੱਚ ਪਿਕਚਰ ਦੇਖਣਗੇ, ਏ ਫੋਰ ਐਪਲ, ਚਿੱਤਰ ਦੇਖ ਲੈਣਗੇ, ਹਾਂ ਇਹ ਇੰਡੀਆ ਦਾ ਮੈਪ ਹੈ, ਇਹ ਟੀ ਵੀ ਹੈ, ਇਹ ਯੂਟਿਊਬ ਹੈ ਨਾ। ਛੋਟੇ 3 ਤੋਂ 8 ਇਅਰਸ ਜਿਹੜੇ ਓਲਡ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਨਾ ਜੀ, ਛੋਟੇ ਬੱਚਿਆਂ ਨੂੰ ਪਤਾ ਹੁੰਦਾ ਹਾਲਾਂਕਿ ਯੂਟਿਊਬ ਦਾ, ਬਟ ਇਹਨਾਂ ਨੂੰ ਵੀ ਪਤਾ ਹੁੰਦਾ ਵੀ ਇਹ ਇਮੇਜਿਸ ਦੇ ਥਰੂ ਸਿੱਖਦੇ ਆ। ਕਿਹਦੇ ਥਰੂ ਸਿੱਖਦੇ ਆ? ਇਮੇਜਿਸ ਦੇ ਥਰੂ, ਮੈਪਸ, ਮਾਡਲਸ। ਵੀ ਇਹਨਾਂ ਨੂੰ ਆਈਕਨ ਚਾਹੀਦਾ, ਇਹਨਾਂ ਨੂੰ ਕੋਈ ਨਾ ਕੁਛ ਸਿਖਾਉਣਾ, ਇਹਨਾਂ ਦਾ ਤੁਹਾਨੂੰ ਸਾਹਮਣੇ ਡਾਇਰੈਕਟ ਲਿਆ ਕੇ ਇਹ ਡਾਇਰੈਕਟ ਸਿੱਖਦੇ ਆ। 3 ਤੋਂ 8 ਇਅਰਸ ਓਲਡ ਵਾਲੇ ਕੀ ਸਿੱਖਦੇ ਆ? ਡਾਇਰੈਕਟ ਸਿੱਖਦੇ ਆ। ਇਹਨਾਂ ਨੂੰ ਜੀ ਐਪਲ ਸਿਖਾਉਣਾ, ਉਹ ਚੀਜ਼ ਹੈ ਜੀ। ਇਹਨਾਂ ਨੂੰ ਤੁਸੀਂ ਦੱਸ ਦੋਗੇ ਨਾ ਵੀ ਐਪਲ ਹੈ, ਅਗਰ ਕਹਿ ਵੀ ਦੋਗੇ ਐਪਲ ਹੈ, ਤਾਂ ਇਹਨਾਂ ਨੂੰ ਨਾ ਪਤਾ ਵੀ ਐਪਲ ਕਿੱਦਾਂ ਦਾ ਹੁੰਦਾ, ਇਹਨਾਂ ਨੇ ਖਾਧਾ ਹੋਏ ਸਮਝ ਜਾਣਗੇ, ਕਿਉਂਕਿ ਇਹਨਾਂ ਨੇ ਜੋ ਸਿੰਪਲ ਹੈ ਦੇਖ ਰੱਖਿਆ, ਇਹਨਾਂ ਟੇਸਟ ਵੀ ਕਰ ਰੱਖਿਆ, ਉਹ ਚੀਜ਼ ਹੈ ਜੀ। ਇਹਨਾਂ ਨੂੰ ਬੈਟ ਦਾ ਵੀ ਪਤਾ, ਪੈਨ ਦਾ ਵੀ ਪਤਾ, ਫੁੱਟਬਾਲ ਦਾ ਵੀ ਪਤਾ ਹੁੰਦਾ। 3 ਤੋਂ 8 ਇਅਰਸ ਓਲਡ ਜੇ ਤੁਹਾਨੂੰ ਨਹੀਂ ਸਮਝਾਇਆ, ਤੁਸੀਂ ਆਪਣੇ ਆਸੇ ਜੇ ਸਾਈਕੋਲੋਜੀ ਨਾ ਰੱਟਣ ਦਾ ਵਿਸ਼ਾ ਹੈ, ਨਹੀਂ ਵੀ ਕਈ ਬੱਚੇ ਕਹਿੰਦੇ ਵੀ ਰੱਟ ਲਈਏ, ਨਹੀਂ ਇਹ ਥੋੜ੍ਹਾ ਸਮਝਣ ਦਾ ਵਿਸ਼ਾ, ਤੁਸੀਂ ਆਪਣੇ ਆਸੇ ਪਾਸੇ ਜਵਾਕ ਹੋਣਗੇ ਛੋਟੇ ਛੋਟੇ, ਉਹਨਾਂ ਤੋਂ ਸਮਝ ਸਕਦੇ ਹੋ ਵੀ 3 ਤੋਂ 8 ਇਅਰਸ ਓਲਡ ਵਾਲੇ ਕਿੱਦਾਂ ਸਿੱਖਦੇ, ਆਈਕੋਨਿਕ ਮੋਡ ਵੀ ਸਿੱਖਦੇ। ਇਹਨਾਂ ਦੀ ਜਿਹੜੀ ਬੁੱਕਸ ਹੁੰਦੀਆਂ ਨੇ ਛੋਟੇ ਬੱਚਿਆਂ ਦੀ, ਬੜੀ ਇੰਟਰਸਟਿੰਗ ਹੁੰਦੀ ਹੈ 3 ਤੋਂ 8 ਇਅਰਸ ਓਲਡ ਵਾਲਿਆਂ ਦੇ, ਕੁਛ ਨਹੀਂ ਹੁੰਦੇ, ਪੇਜਿਸ ਥੋੜ੍ਹੇ ਹੁੰਦੇ, 20 ਦੇ ਆਸ ਪਾਸ ਪੇਜ ਹੁੰਦੇ ਆ, ਸੋਹਣੇ ਸੋਹਣੇ, ਐਵੇਂ ਵਧੀਆ ਡੋਰੀਮੋਨ ਹੋ ਗਿਆ, ਜੈਸੇ ਕੋਈ ਕਹਾਣੀ ਚਿੜੀਆ ਰਾਣੀ ਉੜਤੀ ਦਿਖਾ ਦਿੰਦੇ, ਕਦੇ ਪਤੰਗ ਤੇ, ਹੈ ਨਾ, ਕਦੇ ਬੰਦਰ ਮਾਮਾ। ਵੀ ਇਹਦੀਆਂ ਤੁਹਾਨੂੰ ਪਿਕਚਰ ਸਟੋਰੀ ਦੇ ਥਰੂ, ਆਈਕੋਨ ਇਮੇਜਿਸ ਦੇ ਥਰੂ ਨਾ ਬੱਚੇ ਆਪਣੇ ਅੰਦਾਜ਼ਾ ਲਗਾ ਲੈਂਦੇ ਆ ਵੀ ਇਹ ਹੋਆ ਮਗਰਮੱਛ, ਹੈ ਨਾ, ਉਹ ਚੀਜ਼ ਹੈ ਜੀ। ਠੀਕ ਹੈ, ਸਿੰਬੋਲਿਕ।
ਇਹਦੇ ਵਿੱਚ ਕੀ ਸਿੱਖਣਗੇ? ਡਾਇਰੈਕਟ ਸਿੱਖਣਗੇ। ਆਈਕੋਨਿਕ ਮੋਡ ਵਿੱਚ ਕਿਵੇਂ ਸਿੱਖਣਗੇ? ਡਾਇਰੈਕਟ ਸਿੱਖਣਗੇ। ਇਨੈਕਟਿਵ ਮੋਡ ਵਿੱਚ ਕੀ ਜੀ? ਖੁਦ ਐਕਸ਼ਨ ਲੈਣਗੇ, ਭੱਜਣਗੇ, ਦੌੜਨਗੇ, ਆਪਦੀ ਬੋਟਲ ਨੂੰ ਦੇਖ ਕੇ ਰੋਣਗੇ, ਔਰ ਥੋੜ੍ਹਾ ਥੋੜ੍ਹਾ ਵੀ ਸਿੱਖ ਰਹੇ ਹੈ ਕਹਿੰਦੇ ਹੋਣਗੇ 0 to 3 ਵਾਲੇ। ਸਿੰਬੋਲਿਕ ਮੋਡ ਕਿਹੜਾ? ਮੇਰੀ ਚਿੰਨ੍ਹ, ਚਿੰਨ੍ਹ ਦੇ ਥਰੂ, ਸਿੰਬਲ ਮਤਲਬ ਚਿੰਨ੍ਹ, ਪ੍ਰਤੀਕ। ਇੱਥੇ ਐਬਸਟ੍ਰੈਕਟ ਲਰਨਿੰਗ ਵੀ ਚਾਲੂ ਹੋ ਜਾਂਦੀ ਹੈ। ਐਬਸਟ੍ਰੈਕਟ ਲਰਨਿੰਗ ਬਿਨਾਂ ਨਾ ਕੋਈ ਮਾਡਲ ਦੀ ਜ਼ਰੂਰਤ ਨਹੀਂ ਹੁੰਦੀ, ਮਾਡਲ ਦੀ ਕੋਈ ਜ਼ਰੂਰਤ ਨਹੀਂ ਹੈਗੀ। ਅਗਰ ਤੁਸੀਂ ਨਾ ਕਹੋਗੇ ਨਾ ਹਾਥੀ ਐਲੀਫੈਂਟ ਹੁੰਦਾ, ਉਹਦਾ ਇੰਨਾ ਵਜ਼ਨ ਹੁੰਦਾ, ਉਹ ਇੱਦਾਂ ਪਿਕਨਿਕ ਕਰਦੇ ਆ, ਝੁੰਡ ਦੇ ਵਿੱਚ ਰਹਿੰਦੇ ਆ, ਹੈ ਨਾ ਜੀ, ਉਹਨਾਂ ਨੂੰ ਆਪਦੀ ਮਸਤੀ, ਗਰਮੀ ਦੇ ਵਿੱਚ ਉਹਨਾਂ ਨੂੰ ਜੋ ਕਿ ਨਾ ਰੀਵਰ ਵਾਕ ਬਹੁਤ ਪਸੰਦ ਹੁੰਦਾ, ਹੈ ਨਾ ਜੀ, ਤੁਸੀਂ ਉਹਨਾਂ ਨੂੰ ਬਨਾਨਾਸ ਪਸੰਦ ਹੁੰਦਾ, ਤਾਂ ਬੱਚਾ ਆਪਣੇ ਆਪ ਇਮੈਜਿਨ ਕਰ ਲੇਗਾ ਵੀ ਹਾਥੀ ਕਿਤੇ ਕੇਰਲਾ ਦੇ ਜੰਗਲ 'ਚ, ਹੈ ਨਾ, ਚੰਦਰਗੁਪਤ ਮੌਰੀਆ, ਵੀ ਇੱਦਾਂ ਦੀ ਉਹ ਚੀਜ਼ ਹੈ ਜੀ। ਸਿੰਬਲ ਨੂੰ ਚਿੰਨ੍ਹਗੇ, ਜਿਵੇਂ ਨਿਸ਼ਾਨ ਆਏਗਾ, ਇਹ ਸਮਝ ਲੈਣਗੇ। ਅਗਰ ਰੈੱਡ ਲਾਈਟ, ਰੈੱਡ ਜਿਵੇਂ ਲਾਈਟ ਗ੍ਰੀਨ, ਹੈ ਨਾ ਜੀ, ਅਤੇ ਮਤਲਬ ਸਿਗਨਲ ਲੱਗਿਆ ਤਾਂ ਨਾ ਪਤਾ ਲੱਗ ਜਾਏਗਾ ਵੀ ਕਦੋਂ ਆਪਾਂ ਨੂੰ ਸਟੇ ਕਰਨਾ ਹੈ, ਕਦੇ ਗੋ, ਹੈ ਨਾ ਜੀ, ਇਹ ਚੀਜ਼ ਸਮਝਣ ਲੱਗ ਜਾਂਦੇ ਬੱਚੇ। ਸਿੰਬੋਲਿਕ ਮੋਡ ਕਿਹੜੀ ਲਰਨਿੰਗ ਕਰਦੇ ਜੀ? ਐਬਸਟ੍ਰੈਕਟ ਲਰਨਿੰਗ। ਇਹਨਾਂ ਨੂੰ ਮੂਰਤ, ਅਮੂਰਤ, ਇਹਨਾਂ ਨੂੰ ਮੂਰਤੀ ਦੀ ਕੋਈ ਮਾਡਲ ਦੀ ਜ਼ਰੂਰਤ ਨਹੀਂ ਹੁੰਦੀ, ਇਹ ਸਿੰਬਲ ਸਮਝ ਕੇ ਸਮਝ ਜਾਂਦੇ ਆ। ਠੀਕ ਹੈ ਜੀ, ਕਿਹੜੇ ਆ? 8 ਈਅਰਸ ਤੋਂ ਉੱਪਰ ਵਾਲੇ। ਠੀਕ ਹੈ ਜੀ, ਸਮਝ ਆ ਗਈ ਜੀ ਹੁਣ ਤੁਹਾਨੂੰ। ਜੇਰੋ ਬਰੂਨਰਸ ਹੈ ਨਾ, ਇਹਦਾ ਜੀ ਇਹ ਵਿਕਲਪ ਹੈ ਵੀ ਆਪਸ਼ਨ ਕਿਹਦਾ ਜੀ? ਜੀਨ ਪਿਆਜੀ ਦਾ। ਦੋਨਾਂ ਨੇ ਕੰਮ ਕੀਤਾ ਜੀ ਕੋਗਨੇਟਿਵ 'ਤੇ ਵੀ ਬੱਚੇ ਦਾ ਕੋਗਨੇਟਿਵ ਡਿਵੈਲਪਮੈਂਟ ਕਿਵੇਂ ਹੁੰਦਾ ਜੀ। ਇਹ ਕਹਿੰਦੇ, ਇਹ ਮਤਲਬ ਪੁੱਛ ਲੈਣ ਕੰਸਟ੍ਰਿਵਿਸਟ ਥਿਊਰੀ, ਇਹ ਮਤਲਬ ਕਿ ਐਵੇਂ ਪੁੱਛ ਲੈਣ ਪੇਪਰ 'ਚ ਵੀ ਬਿਹੇਵੀਅਰ 'ਤੇ ਕੰਮ ਕੀਤਾ, ਨੋ, ਬਿਹੇਵੀਅਰ 'ਤੇ ਇਹਨਾਂ ਨੇ ਕੰਮ ਨਹੀਂ ਕੀਤਾ, ਇਹਨਾਂ ਨੇ ਰਚਨਾ 'ਤੇ ਕੀਤਾ, ਰਚਨਾਵਾਦ। ਕੰਸਟਰਕਟਿਵਿਸਟ, ਇੱਕ ਵੀ ਕੰਸਟਰਕਟ, ਤੁਸੀਂ ਮਿਸਤਰੀ ਦਾ ਐਗਜ਼ਾਮਪਲ ਲੈ ਲਓ ਬਸ, ਮਿਸਤਰੀ। ਕੰਸਟਰਕਟਿਵਿਸਟ ਵੀ ਕੁਛ ਨਾ ਕੁਛ ਰਚਨਾ ਕਰਦੇ ਰਹਿਣਗੇ। ਠੀਕ ਹੈ, ਇਹ ਕਹਿੰਦੇ ਇਹਦੇ ਵਿੱਚ ਬੱਚੇ ਦਾ ਨਾ ਐਕਟਿਵ ਹੋਣਾ ਬਹੁਤ ਜ਼ਰੂਰੀ ਹੈ, ਵੀ ਬੱਚੇ ਨੂੰ ਤੁਸੀਂ ਨਾ ਐਵੇਂ ਨਹੀਂ ਵਿੱਚ ਇਕੱਲਾ ਜਿਹਾ ਬਿਠਾ ਦੋਗੇ, ਨਹੀਂ, ਇਹਨੂੰ ਐਕਟਿਵ ਹੋਣਾ ਬਹੁਤ ਜ਼ਰੂਰੀ। ਇਹ ਪਹਿਲੀ ਜਿਹੜਾ ਮੋਡ ਹੈ ਇਨਐਕਟਿਵ ਮੋਡ, ਕਿਹੜਾ ਜੀ? ਇਨਐਕਟਿਵ ਮੋਡ ਵਿੱਚ ਕਿਹੜੀ? ਕ੍ਰਿਆਸ਼ੀਲ, ਬੱਚਾ ਕੀ ਹੋਊਗਾ ਜੀ? ਕ੍ਰਿਆਸ਼ੀਲ। ਏਜ ਕਿੰਨੀ ਹੈ? 0 to 3 years ਓਲਡ। ਤੁਸੀਂ ਆਪਣੇ ਆਸ ਪਾਸ ਜਾਂ ਫੈਮਿਲੀ ਮੈਂਬਰਸ, ਨੇਬਰਸ ਦੇ ਬੱਚੇ ਦੇਖ ਸਕਦੇ ਹੋ ਵੀ ਕਿੱਦਾਂ ਕਰਦੇ ਆ, ਇੰਨਾ ਇੱਕ ਚੀਜ਼ ਨੂੰ ਦੇਖ ਕੇ ਕਿੰਨਾ ਇਰੀਟੇਟ ਕਰਦੇ, ਹੈ ਨਾ ਜੀ, ਉਹ ਚੀਜ਼ ਹੈ। ਛੋਟੇ ਛੋਟੇ ਬੱਚੇ ਜਿੱਦ ਕਰ ਲੈਂਦੇ ਉਹ ਚੀਜ਼ ਹੈ ਜੀ, ਟੁਆਇਸ ਪਿੱਛੇ ਜਾਂ ਜਿੱਦਾਂ ਵੀ ਜੋ ਦੇਖਦੇ ਆ ਉਹ ਚੀਜ਼, ਆਈ ਮੀਨ ਵੀ ਹਰ ਚੀਜ਼ ਵਾਲੇ ਅਟਰੈਕਟ ਹੁੰਦੇ ਉਹ ਚੀਜ਼ ਹੈ। ਇਨੈਕਟਿਵ ਮੋਡ ਸਕ੍ਰਿਤਾ, ਐਕਟਿਵ ਹੋਣਗੇ, ਨਿਰਮਾਣ ਵਿਧੀ, ਇਹ ਆਪਣੇ ਗਿਆਨ ਦਾ ਨਿਰਮਾਣ ਕਰਨਗੇ, ਬਟ ਕਿਵੇਂ ਕਰਨਗੇ? ਐਕਟਿਵ ਹੋ ਕੇ ਕਰਨਗੇ। ਠੀਕ ਹੈ ਜੀ, ਇਹਨਾਂ ਨੂੰ ਪਤਾ ਹੈ ਆਪਣੀ ਬੋਟਲ ਹੈ, ਰੋਣ ਲੱਗ ਜਾਣਗੇ। ਅਗਰ ਇਹਨਾਂ ਨੂੰ ਲੈਂਗੁਏਜ ਹੈ ਨਾ, ਫਿਰ ਵੀ ਦੱਸ ਦੇਣਗੇ ਵੀ ਇਹਨਾਂ ਨੂੰ ਹੁਣ ਦੁੱਧ ਚਾਹੀਦਾ, ਹੈ ਨਾ, ਦੇਖ ਕੇ ਬੋਟਲ ਵੱਲ ਰੋਣਗੇ, ਕੈਂਪਰ ਵੱਲ ਜਾਣਗੇ ਫਿਰ ਰੋਣਗੇ, ਗਲਾਸ ਵੇਖ ਕੇ ਫਿਰ ਰੋਣਗੇ। ਉਹਨਾਂ ਨੂੰ ਪਤਾ ਜੇ ਅਗਰ ਇਹਨਾਂ ਦੇ ਖਲੋਨੇ ਲੁਕੋ ਰੱਖੇ, ਇਹਨਾਂ ਨੂੰ ਪਤਾ ਲੱਗ ਜਾਏਗਾ ਵੀ ਇਹਦੇ ਥੱਲੇ, ਇਹਨਾਂ ਨੂੰ ਪਤਾ ਲੱਗ ਜਾਏਗਾ ਹੁਣ ਕਰਦਿਆਂ ਨੂੰ ਵੀ ਨਹੀਂ, ਹੁਣ ਖੇਲਣ ਦਾ ਜੀ ਕਰਦੇ ਇਹਨਾਂ ਦਾ। ਠੀਕ ਹੈ ਜੀ, ਉਹ ਚੀਜ਼ ਹੈ। ਹੁਣ ਆਈਕੋਨਿਕ ਮੋਡ ਕੀ ਜੀ? ਇਹਦੇ ਵਿੱਚ ਕੀ ਜੀ? ਡਾਇਰੈਕਟਰ, ਆਈਕੋਨਿਕ ਯਾਦ ਕਰ ਲਓ ਤੁਸੀਂ ਇਮੇਜਿਸ ਨਾਲ, ਇਮੇਜਿਸ, ਪਿਕਚਰਸ, ਮੈਪਸ, ਮਾਡਲਸ ਯਾਦ ਬੱਚੇ ਨੂੰ ਸਿਖਾ ਸਕਦੇ ਆ। ਡਾਇਰੈਕਟ ਕੀ ਜੀ? ਡਾਇਰੈਕਟ 3 to 8 years ਓਲਡ ਵਾਲੇ ਡਾਇਰੈਕਟ ਸਿੱਖ ਲੈਣਗੇ। ਛਾਇਆਤਮਕ, ਡਾਇਰੈਕਟ। ਸਿੰਬੋਲਿਕ ਮੋਡ ਕਿਹੜਾ ਜੀ? ਚਿੰਨ੍ਹ ਦੁਆਰਾ, ਪ੍ਰਤੀਕ, ਤੁਸੀਂ ਯਾਦ ਕਰ ਸਕਦੇ ਹੋ, ਸਿਗਨਲ ਲਾਈਟ ਦਾ ਐਗਜ਼ਾਮਪਲ ਯਾਦ ਕਰ ਸਕਦੇ ਹੋ, ਬੱਚੇ ਨੂੰ ਪਤਾ ਲੱਗ ਜਾਏਗਾ। ਸਿੰਬੋਲਿਕ ਮੋਡ ਚਿੰਨ੍ਹ, ਪ੍ਰਤੀਕ, ਐਬਸਟ੍ਰੈਕਟ, ਉਹ ਚੀਜ਼ ਹੈ ਜੀ। ਠੀਕ ਹੈ ਜੀ, ਚਿੰਨ੍ਹ ਅਧਾਰਿਤ ਆਯੂ ਸੰਚਾਰ। ਹੁਣ ਦੇਖੋ ਜੀ, ਇਹਨਾਂ ਦੇ ਜੇਰੋ ਬਰੂਨਰ ਦੇ ਜਿਹੜਾ ਸਿਧਾਂਤ ਹੈ, ਜਿਹੜੀ ਥਿਊਰੀ ਦਿੱਤੀ, ਉਹਨਾਂ ਦੇ ਕਿਹੜੇ ਕਿਹੜੇ ਨਾਮ ਹੋਰ ਆ ਸਕਦੇ ਆ? ਸੰਰਚਨਾਵਾਦ, ਨਿਰਮਿਤਵਾਦ, ਅਨਵੇਸ਼ਨ, ਖੋਜ।
ਪੁੱਛ ਲੈਣਾ ਕੌਣ ਹੈ ਨਿਰਮਿਤਵਾਦ ਦੇ ਅਨਵੇਸ਼ਨ ਦੇ ਤਾਂ ਕੌਣ ਹੈ ਜੇਰੋਮ ਬਰੂਨਰ ਹੈ ਜੀ ਸਕੈਫੋਲਡਿੰਗ ਸਕੈਫੋਲਡਿੰਗ ਮਤਲਬ ਇਹਨਾਂ ਮੀਨਿੰਗ ਕੀ ਹੁੰਦਾ ਦੱਸੋ ਸਹਾਰਾ ਦੇਣਾ ਮਚਾਨ ਪਿੱਲਰ ਇਹਨਾਂ ਮੀਨਿੰਗ ਵੀ ਪੁੱਛ ਲੈਂਦੇ ਹੁੰਦੇ ਠੀਕ ਹੈ ਜੀ ਸਕੈਫੋਲਡਿੰਗ ਸਹਾਰਾ ਦੇਣਾ ਮਚਾਨ ਪਿੱਲਰ ਇਹਦਾ ਸਭ ਤੋਂ ਪਹਿਲਾਂ ਯੂਜ਼ ਕਿਹਨੇ ਕੀਤਾ ਜੀ ਇਹਨਾਂ ਨੇ ਕੀਤਾ ਜੇਰੋਮ ਬਰੂਨਰ ਨੇ ਕਿਹਨਾਂ ਨੇ ਕੀਤਾ ਜੀ ਜੇਰੋਮ ਜੇਰੋਮ ਬਰੂਨਰ ਨੇ ਬਟ ਕਹਿੰਦਾ ਸ਼ੁਰੂਆਤ ਕੋਈ ਕਰਦਾ ਯੂਜ਼ ਕੋਈ ਕਰਦਾ ਫੇਮਸ ਕੋਈ ਹੁੰਦਾ ਲੇਕਿਨ ਸਕੈਫੋਲਡਿੰਗ ਦਾ ਮੇਨ ਜਿਹੜਾ ਇਹਨਾਂ ਨੇ ਸਥਾਨ ਦਿੱਤਾ ਆਪਣੀ ਥਿਊਰੀ ਵਿੱਚ ਉਹ ਕਿਹਨੇ ਦਿੱਤਾ ਸੀ ਲੇ ਵਾਈ ਗੋਤਸਕੀ ਨੇ ਲੇ ਵਾਈ ਗੋਤਸਕੀ ਨੇ ਠੀਕ ਹੈ ਜੀ ਤੁਸੀਂ ਸਮਝ ਗਏ ਨਾ ਬਿਲਕੁਲ ਆਸਾਨ ਹੈ ਕੁਛ ਨਹੀਂ ਹੈ ਔਰ ਤੁਸੀਂ ਇਹਨੂੰ ਪਿਆਜੀ ਦੀ ਥਿਊਰੀ ਨਾਲ ਰਿਲੇਟ ਕਰ ਸਕਦੇ ਹੋ ਠੀਕ ਹੈ ਜੀ ਬਸ ਤਿੰਨ ਮੋਡ ਹੈ ਇਨਐਕਟਿਵ ਮੋਡ ਆਈਕੋਨਿਕ ਮੋਡ ਸਿੰਬੋਲਿਕ ਇਨਐਕਟਿਵ ਜੀ ਏਜ ਕਿਹਨੇ ਦੱਸੀ ਹੈ ਜੀ 0 to 3 ਈਅਰਸ ਓਲਡ ਇਹਨਾਂ ਦੀ ਏਜ ਨਹੀਂ ਆਉਂਦੀ ਪੇਪਰ ਦੇ ਵਿੱਚ ਜਿੱਥੋਂ ਤੱਕ ਹੈ ਪੇਪਰ ਦੇ ਵਿੱਚ ਏਜ ਨਹੀਂ ਆਉਂਦੀ ਓਕੇ ਜੀ ਆਈਡੀਆ ਦਾ ਇੱਕ ਮਿਲਦਾ ਇਨਐਕਟਿਵ ਮੋਡ ਦੇ ਵਿੱਚ 0 to 3 ਈਅਰਸ ਓਲਡ ਆਈਕੋਨਿਕ ਦੇ ਵਿੱਚ 3 to 8 ਈਅਰਸ ਓਲਡ ਸਿੰਬੋਲਿਕ ਦੇ ਵਿੱਚ ਕਿ ਜੀ 8 ਈਅਰਸ ਤੋਂ ਜਿਹੜੇ ਅਬਵ ਹੈ ਜੀ ਠੀਕ ਹੈ ਚਿੰਨ੍ਹ ਪ੍ਰਤੀਕ ਦੁਆਰਾ ਸਿੱਖੇ ਜਾਣਗੇ ਇਹ ਇਮੇਜਿਸ ਦੇ ਥਰੂ ਇਹਦੇ ਵਿੱਚ ਖੁਦ ਹੀ ਐਕਟਿਵ ਹੁੰਦੇ ਹੈ ਕੰਮ ਕਿਹਨੇ ਦੇ ਕੀਤੇ ਇਹਨਾਂ ਨੇ ਇਹ ਕਹਿੰਦੇ ਵੀ ਲਰਨਰ ਦਾ ਕੋਗਨੀਟਿਵ ਡਿਵੈਲਪਮੈਂਟ ਕਰਨਾ ਬੌਧਿਕ ਵਿਕਾਸ ਕਰਨਾ ਉਹਦਾ ਦਿਮਾਗ ਵਿਧਾਨਾ ਹੈ ਕਿਵੇਂ ਵਧੇਗਾ ਜਦੋਂ ਤੱਕ ਬੱਚਾ ਸੋਚੇਗਾ ਨਹੀਂ ਹੈ ਨਾ ਥਿੰਕਿੰਗ ਔਰ ਬੰਦਾ ਸੋਚਣਾ ਕਦੋਂ ਸ਼ੁਰੂ ਕਰਦਾ ਜਦੋਂ ਉਹਦੇ ਕੋਲ ਕੋਈ ਪੁਰਾਣਾ ਐਕਸਪੀਰੀਅੰਸ ਹੋਵੇ ਐਕਸਪੀਰੀਅੰਸ ਕਿਵੇਂ ਆਉਂਦਾ ਜੀ ਟ੍ਰੇਨਿੰਗ ਥਰੂ ਠੀਕ ਹੈ ਜੀ ਓਕੇ ਜੀ ਉਮੀਦ ਹੈ ਤੁਹਾਨੂੰ ਇਹ ਕਲਾਸ ਪਸੰਦ ਆਈ ਹੋਣੀ ਥੈਂਕ ਯੂ